ਵਕੀਲ ਸਾਹਿਬ ਕੀ ਮਾਮਲਾ ਸੀ ਅੱਜ ਜਿਹੜੀ ਐਨਆਈ ਨੇ ਤੁਹਾਡੇ ਘਰੇ ਦਸਤਕ ਦਿੱਤੀ ਹੈ ਕੀ ਸੀਗਾ ਜਦੋਂ ਮੈਂ ਪ੍ਰੈਕਟਿਸ ਕਰ ਰਿਹਾ 9471 1569 ਨੰਬਰ ਮੇਰੇ ਨਾਂ ਮੇਰੇ ਮੈਂ ਹੀ ਚਲਾ ਰਿਹਾ ਮੇਰੀ ਉਸ 'ਤੇ ਫੇਸਬੁੱਕ 'ਤੇ ਵੀ ਆਈਡੀ ਹੈ ਸਾਰਾ ਆਈਫੋਨ ਹੈ ਜੋ ਉਹਦੇ ਵਿੱਚ ਆਈਡੀਆਂ ਮੇਰੇ ਨਾਂ 'ਤੇ ਹੈ ਮੈਂ ਚਲਾ ਰਿਹਾ ਔਫਿਸ 'ਚ ਇਹਨਾਂ ਨੇ ਬੁੱਕਸ ਫਰੋਲੀਆਂ ਮੇਰੇ ਬਰੀਫ ਫਰੋਲੇ ਇਹਨਾਂ ਨੂੰ ਉੱਥੋਂ ਕੁਛ ਨਹੀਂ ਮਿਲਿਆ ਉਸ ਤੋਂ ਬਾਅਦ ਕਹਿੰਦੇ ਜੀ ਤੁਹਾਡੇ ਬੈਡਰੂਮ ਦਿਖਾਓ ਮੈਂ ਕਿਹਾ ਸਾਰਾ ਘਰ ਖਾਲੀ ਪਹਿਲਾਂ ਤੁਸੀਂ ਕਰੋ ਸਰਚ ਕਰੋ ਕਰਕੇ ਮੁੜ ਕੇ ਉਸ ਤੋਂ ਬਾਅਦ ਇਹ ਆ ਗਏ ਅਤੇ ਮੈਨੂੰ ਕਿਹਾ ਤੁਹਾਡਾ ਫੋਨ ਲੈ ਕੇ ਜਾਣਾ ਜੀ ਕਹੂੰਗਾ ਕਿ ਜਦੋਂ ਤੁਹਾਡੇ ਕੋਲ ਐਨਆਈ ਦੀ ਟੀਮ ਆਈ ਉਹਨਾਂ ਕੋਲ ਸਰਚ ਵਾਰੰਟ ਸੀ ਜਾਂ ਲੋਕਲ ਕੋਈ ਨਾਲ ਇੱਥੋਂ ਆਫੀਸਰ ਵਗੈਰਾ ਸੀ ਕੋਰਟ ਕੰਨੀਆਂ ਨੂੰ ਸਰਚ ਵਾਰੰਟ ਨਹੀਂ ਸੀਗਾ ਆਪਣਾ ਆਪਦਾ ਹੀ ਸਰਚ ਵਾਰੰਟ ਸੀ ਬਾਰ ਬਾਰ ਉਹਨਾਂ ਜ਼ਿੱਦ ਕਰਨ 'ਤੇ ਕੱਟ ਕੇ ਫਿਰ ਉਹਦਾ ਨਾਂ ਪਾਇਆ ਮੈਂ ਕਿਹਾ ਜੂਜ਼ ਮੈਂ ਕਰ ਰਿਹਾ ਫਿਰ ਪਿਛਲੈਂਡ ਐਡ ਕੀਤੀ ਮੈਨੂੰ ਇਹਨਾਂ ਦੀ ਇੰਟੈਂਸ਼ਨ ਸਹੀ ਨਹੀਂ ਲੱਗ ਰਹੀ ਵੀ ਇਹ ਜਾਣ ਬੁੱਝ ਕੇ ਮੈਨੂੰ ਇਨਵੋਲਵ ਕਰ ਰਹੀ ਹੈ ਮੇਰੀ ਫੈਮਿਲੀ ਅਤੇ ਜੋ ਅਮਨਦੀਪ ਸਿੰਘ ਜਾਮਣ ਹੈ ਉਹਨੇ ਮੇਰੀ ਆਈਡੀ ਉੱਥੇ ਰਜਿਸਟਰ ਕਰਵਾਈ ਵੀ ਹੈ ਜੇਲ੍ਹ 'ਚ ਬਿਜਨਸ ਸੈਂਟਰ ਜੇਲ੍ਹ ਉਸ ਨੰਬਰ ਤੋਂ ਮੈਨੂੰ ਕਾਲ ਕਰਦਾ ਉਹ ਉਹਨੇ ਮੈਨੂੰ ਪੁੱਛ ਕੇ ਕਰਵਾਈ ਸੀ ਮੈਂ ਥੋੜ੍ਹਾ ਵੀ ਤੁਸੀਂ ਮੇਰੇ ਐਡਵੋਕੇਟ ਹੈ ਮੈਂ ਤੁਹਾਡਾ ਨੰਬਰ ਦੇ ਰਿਹਾ ਇੱਥੇ ਮੈਂ ਕਰਵਾ ਲਿਆ ਕੋਈ ਗੱਲ ਨਹੀਂ ਐਨਆਈਏ ਵੱਲੋਂ ਦੇਸ਼ ਭਰ ਵਿੱਚ ਅੱਜ ਕੀਤੀ ਗਈ ਛਾਪੇਮਾਰੀ ਦਾ ਸੇਕ ਬਠਿੰਡਾ ਦੇ ਵਿੱਚ ਵੀ ਪਹੁੰਚਿਆ ਬਠਿੰਡਾ ਦੇ ਵਿੱਚ ਐਨਆਈਏ ਵੱਲੋਂ 3 ਥਾਂ ਛਾਪੇਮਾਰੀ ਕੀਤੀ ਗਈ ਹੈ ਇਹਨਾਂ 3 ਦੇ ਵਿੱਚੋਂ 1 ਜਗ੍ਹਾ ਬਠਿੰਡਾ ਦੇ ਸੀਨੀਅਰ ਵਕੀਲ ਦੀ ਵੀ ਹੈ ਜਿਨ੍ਹਾਂ ਦੇ ਫੋਨ ਅਤੇ ਹੋਰ ਸਮਾਨ ਜ਼ਬਤ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਬਠਿੰਡਾ ਦੇ ਵਕੀਲਾਂ ਨੇ ਵੀ ਏਕਾ ਦਿਖਾਉਂਦੇ ਹੋਏ ਅੱਜ ਆਪਣਾ ਵਰਕ ਸਸਪੈਂਡ ਕੀਤਾ ਸਾਡੇ ਨਾਲ ਵਕੀਲ ਗੁਰਪ੍ਰੀਤ ਸਿੰਘ ਮੌਜੂਦ ਹੈ ਜਿਨ੍ਹਾਂ ਦੇ ਘਰ ਛਾਪਾਮਾਰੀ ਹੋਈ ਹੈ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਮਾਮਲਾ ਸੀ ਵਕੀਲ ਸਾਹਿਬ ਕੀ ਮਾਮਲਾ ਸੀ ਅੱਜ ਜਿਹੜੀ ਐਨਆਈ ਨੇ ਤੁਹਾਡੇ ਘਰੇ ਦਸਤਕ ਦਿੱਤੀ ਹੈ ਕੀ ਸੀਗਾ ਇਸ਼ੂ ਸੁਬਾਹ ਕਰੀਬ 5:30 ਵਜੇ ਦਾ ਟਾਈਮ ਸੀਗਾ ਜੀ ਇਹ ਐਨਆਈ ਦੀ ਟੀਮ ਆਪਣੇ ਘਰ ਦੇ ਗੇਟ 'ਤੇ ਆਈ ਇਹਨਾਂ ਨੇ ਬੈੱਲ ਮਾਰੀ ਅਤੇ ਮੇਰੇ ਮਦਰ ਨੇ ਗੇਟ ਖੋਲ੍ਹਿਆ ਇਹਨਾਂ ਨੂੰ ਅਤੇ ਜਦੋਂ ਅੰਦਰ ਆਏ ਉਹਨਾਂ ਨੇ ਆ ਕੇ ਸਿਮਰਤ ਦਾ ਨਾਮ ਪੁੱਛਿਆ ਸਿਮਰਤ ਸਿੰਘ ਕੌਣ ਹੈ ਉਹ ਸਿਮਰਤ ਸਿੰਘ ਮੇਰਾ ਭਤੀਜਾ ਹੈ ਮੇਰਾ ਜਿਹੜਾ ਨੰਬਰ ਹੈ ਪਿਛਲੇ 20 ਸਾਲਾਂ ਤੋਂ ਪਹਿਲਾਂ ਮੇਰੇ ਨਾਂ 'ਤੇ ਚੱਲਦਾ ਸੀਗਾ ਉਹਨਾਂ ਪਿੱਛੇ ਜੇ ਉਹ ਪੋਰਟ ਕਰਾਉਣ ਚਲਿਆ ਗਿਆ ਸੀ ਉਹਨੇ ਆਪਦੇ ਨਾਂ 'ਤੇ ਕਰਾ ਕੇ ਮੈਨੂੰ ਦਿੱਤਾ ਜਦੋਂ ਮੈਂ ਪ੍ਰੈਕਟਿਸ ਕਰ ਰਿਹਾ 9471 1569 ਨੰਬਰ ਮੇਰੇ ਨਾਂ ਮੇਰੇ ਮੈਂ ਹੀ ਚਲਾ ਰਿਹਾ ਮੇਰੀ ਉਸ 'ਤੇ ਫੇਸਬੁੱਕ 'ਤੇ ਵੀ ਆਈਡੀ ਹੈ ਸਾਰਾ ਆਈਫੋਨ ਹੈ ਜੋ ਉਹਦੇ ਵਿੱਚ ਆਈਡੀਆਂ ਮੇਰੇ ਨਾਂ 'ਤੇ ਹੈ ਮੈਂ ਚਲਾ ਰਿਹਾ ਉਹਨਾਂ ਨੂੰ ਇਹਨਾਂ ਨੇ ਪੁੱਛਿਆ ਫਿਰ ਸਰਚ ਤੁਹਾਡੇ ਘਰ ਦੀ ਸਰਚ ਕਰਨੀ ਹੈ ਮੈਂ ਕਰੋ ਜੀ ਫਿਰ ਇਹ ਮੇਰੇ ਆਫਿਸ ਚਲੇ ਗਏ ਔਫਿਸ 'ਚ ਇਹਨਾਂ ਨੇ ਬੁੱਕਸ ਫਰੋਲੀਆਂ ਮੇਰੇ ਬਰੀਫ ਫਰੋਲੇ ਇਹਨਾਂ ਨੂੰ ਉੱਥੋਂ ਕੁਛ ਨਹੀਂ ਮਿਲਿਆ ਉਸ ਤੋਂ ਬਾਅਦ ਕਹਿੰਦੇ ਜੀ ਤੁਹਾਡੇ ਬੈੱਡਰੂਮ ਦਿਖਾਓ ਮੈਂ ਕਿਹਾ ਸਾਰਾ ਘਰ ਖਾਲੀ ਪਹਿਲਾਂ ਤੁਸੀਂ ਕਰੋ ਸਰਚ ਕਰੋ ਕਰਕੇ ਮੁੜ ਕੇ ਉਸ ਤੋਂ ਬਾਅਦ ਇਹ ਆ ਗਏ ਅਤੇ ਮੈਨੂੰ ਕਹਿੰਦੇ ਤੁਹਾਡਾ ਫੋਨ ਲੈ ਕੇ ਜਾਣਾ ਜੀ ਅਸੀਂ ਨਾਲ ਮੈਂ ਤੁਹਾਨੂੰ ਕੱਟਣਾ ਚਾਹੂੰਗਾ ਕਿ ਜਦੋਂ ਤੁਹਾਡੇ ਕੋਲ ਐਨਆਈ ਦੀ ਟੀਮ ਆਈ ਉਹਨਾਂ ਕੋਲ ਸਰਚ ਵਾਰੰਟ ਸੀ ਜਾਂ ਲੋਕਲ ਕੋਈ ਨਾਲ ਇੱਥੋਂ ਆਫੀਸਰ ਵਗੈਰਾ ਸੀ ਲੋਕਲ ਪੁਲਿਸ ਦੇ ਸੀਗੇ ਇੱਥੋਂ ਮਨਜੀਤ ਸਿੰਘ ਸੀਗੇ ਸਬ ਇੰਸਪੈਕਟਰ ਉਹ ਨਾਲ ਸੀਗੇ ਟੋਟਲ 15-20 ਪੁਲਿਸ ਕਰਮਚਾਰੀ ਸੀਗੇ ਸਾਰੇ ਟੋਟਲ ਅਤੇ ਉਹਨਾਂ ਕੋਲ ਸਰਚ ਵਾਰੰਟ ਕੋਰਟ ਕੰਨੀਆਂ ਨੂੰ ਸਰਚ ਵਾਰੰਟ ਨਹੀਂ ਸੀਗਾ ਆਪਣਾ ਆਪਦਾ ਹੀ ਸਰਚ ਵਾਰੰਟ ਸੀ ਉਹਨਾਂ ਦਾ ਅਤੇ ਉਹਨਾਂ ਉੱਥੇ ਮੇਰੀ ਮਦਰ ਤੋਂ ਸਾਈਨ ਕਰਾਏ ਇਹਨਾਂ ਨੇ ਇੱਕ ਇਹ 'ਚ ਬੜੀ ਹੈਰਾਨਗੀ ਵਾਲੀ ਗੱਲ ਇਹ ਹੋਈ ਜਦੋਂ ਉਹ ਮੀਮੋ ਬਣਾ ਰਹੇ ਸੀਗੇ ਮੋਬਾਈਲ ਮੇਰਾ ਨਾਂ ਮੇਰੇ ਭਤੀਜੇ ਦੀ ਹੈ ਅਤੇ ਬਾਰ ਬਾਰ ਮੇਰੇ ਬ੍ਰਦਰ ਦਾ ਨਾਂ ਲਿਖ ਰਹੇ ਸੀ ਹਰਪ੍ਰੀਤ ਸਿੰਘ ਦਾ ਜਦੋਂ ਮੈਂ ਪੜ੍ਹਿਆ ਮੈਂ ਕਿਹਾ ਇਹਨੂੰ ਕੱਟੋ ਤੁਸੀਂ ਆਹ ਦੇਖੋ ਫਿਰ ਉਸ ਤੋਂ ਬਾਅਦ ਮੈਂ ਕਟਵਾਇਆ ਮੇਰੇ ਵੱਲੋਂ ਬਾਰ ਬਾਰ ਉਹਨਾਂ ਜ਼ਿੱਦ ਕਰਨ 'ਤੇ ਕੱਟ ਕੇ ਫਿਰ ਉਹਦਾ ਨਾਂ ਪਾਇਆ ਮੈਂ ਕਿਹਾ ਜੂਜ਼ ਮੈਂ ਕਰ ਰਿਹਾ ਫਿਰ ਪਿਛਲੈਂਡ ਐਡ ਕੀਤੀ ਮੈਨੂੰ ਇਹਨਾਂ ਦੀ ਇੰਟੈਂਸ਼ਨ ਸਹੀ ਨਹੀਂ ਲੱਗ ਰਹੀ ਵੀ ਇਹ ਜਾਣ ਬੁੱਝ ਕੇ ਮੈਨੂੰ ਇਨਵੋਲਵ ਕਰ ਰਹੀ ਹੈ ਮੇਰੀ ਫੈਮਿਲੀ ਨੂੰ ਗੁਰਪ੍ਰੀਤ ਜੀ ਤੁਸੀਂ ਬਠਿੰਡੇ ਦੇ ਨਾ ਸਿਰਫ ਨਾਮਵਰ ਵਕੀਲ ਵੀ ਹੋ ਤੁਹਾਡਾ ਪਰਿਵਾਰ ਵੀ ਜੁੜਿਆ ਹੋਇਆ ਪੁਲਿਸ ਡਿਪਾਰਟਮੈਂਟ ਤੁਹਾਡੇ ਫਾਦਰ ਸਾਹਿਬ ਵੀ ਪੁਲਿਸ ਦੇ ਵਿੱਚ ਚਲੇ ਰਹੇ ਹੈ ਤੁਹਾਡੇ ਜਿਹੜੇ ਬ੍ਰਦਰ ਹੈ ਉਹ ਵੀ ਪੁਲਿਸ ਦੇ ਵਿੱਚ ਹੈ ਤੁਸੀਂ ਵਕੀਲ ਹੋ ਕੀ ਲੱਗਦਾ ਕੀ ਕਾਰਨ ਹੈ ਕਿ ਐਨਆਈ ਨੇ ਸਾਡੇ ਘਰੇ ਕਿਉਂ ਆਏ ਆ ਦੇਖੋ ਮੈਨੂੰ ਹੁਣ ਪਤਾ ਤੁਹਾਡੇ ਮੀਡੀਆ ਤੋਂ ਹੀ ਪਤਾ ਲੱਗਿਆ ਵੀ ਅੱਜ ਜੋ 3 ਥਾਵਾਂ 'ਤੇ ਬਠਿੰਡਾ 'ਚ ਰੇਡ ਹੋਈ ਹੈ ਇੱਕ ਬਾਦਲਗੜ੍ਹ ਜੰਡੀਆਂ ਇੱਕ ਕਰਾੜ ਵਾਲੇ ਤੋਂ ਅਮਨਦੀਪ ਸਿੰਘ ਜਾਮਣ ਗੈਂਗਸਟਰ ਹੈ ਉਹਦੇ 'ਤੇ ਮੈਂ ਉਹਦਾ ਵਕੀਲ ਹੈ ਉਹਦੇ 8-10 ਕੇਸ ਰਜਿਸਟਰਡ ਹੈ ਉਹ ਸਾਰਿਆਂ 'ਤੇ ਬੇਲ 'ਤੇ ਹੈ ਬਸ ਇੱਕੋ ਪਿਛਲੇ 3 ਸਾਲਾਂ ਤੋਂ ਕਰੀਬ ਉਹ ਜੇਲ੍ਹ 'ਚ ਹੈ ਅਤੇ ਇੱਕੋ ਹੀ ਕੇਸ ਰਹਿ ਗਿਆ ਸੀ 302 ਦਾ ਉਹਦੀ ਅਸੀਂ ਜ਼ਮਾਨਤ ਹਾਈਕੋਰਟ ਲਗਾਈ ਵੀ ਆ ਉਹਨਾਂ ਨਾਲ ਅਕਸਰ ਹੀ ਮੇਰੇ ਦੇ ਪਰਿਵਾਰ ਨਾਲ ਗੱਲ ਹੁੰਦੀ ਰਹਿੰਦੀ ਹੈ ਹੁਣ ਮੈਂ ਦੇਖਿਆ ਮੀਡੀਆ 'ਚ ਉਹਦੀ ਸਿਸਟਰ ਇੰਟਰਵਿਊ ਦੇ ਰਹੀ ਸੀ ਉਹਨਾਂ ਦੇ ਘਰ ਵੀ ਰੇਡ ਹੋਈ ਹੈ ਮੈਨੂੰ ਇਹ ਲੱਗਦਾ ਵੀ ਉਹਦੇ ਕਰਕੇ ਹੀ ਮੇਰੇ ਘਰ ਰੇਡ ਕੀਤੀ ਹੈ ਨਹੀਂ ਕੀ ਤੁਹਾਡੇ ਕੋਲ ਕੋਈ ਫੋਨ ਆਉਂਦੇ ਰਹੇ ਸੀਗੇ ਜੇਲ੍ਹ ਦੇ ਵਿੱਚ ਜਿਵੇਂ ਚਰਚਾਵਾਂ ਹੈਗੀਆਂ ਕਿ ਉਹ ਗੈਂਗਸਟਰ ਦੇ ਤੁਹਾਨੂੰ ਫੋਨ ਆਉਂਦੇ ਸੀ ਉਸ ਆਧਾਰ ਦੇ ਉੱਤੇ ਉਹਨਾਂ ਨੇ ਜਿਹੜੀ ਐਨਆਈ ਨੇ ਇਹ ਚੈਕਿੰਗ ਕੀਤੀ ਹੈ ਜਾਂ ਛਾਪੇਮਾਰੀ ਕੀਤੀ ਹੈ ਨਹੀਂ ਫੋਨ ਤਾਂ ਉਹਦੀ ਸਿਸਟਰ ਦਾ ਆਉਂਦਾ ਹੈ ਬਾਹਰੋਂ ਉਹ ਤਾਂ ਬਾਹਰ ਹੀ ਹੈ ਨਾ ਉਹ ਬੇਲ 'ਤੇ ਹੈ ਪਹਿਲਾਂ ਉਸ 'ਤੇ ਵੀ ਕੇਸ ਛੁੜ ਹੋ ਗਿਆ ਸੀ ਉਹ ਬਾਹਰ ਮੇਰੇ ਨਾਲ ਗੱਲ ਕਰਦੀ ਹੈ ਅਤੇ ਜੋ ਅਮਨਦੀਪ ਸਿੰਘ ਜਾਮਣ ਹੈ ਉਹਨੇ ਮੇਰੀ ਆਈਡੀ ਉੱਥੇ ਰਜਿਸਟਰ ਕਰਵਾਈ ਵੀ ਹੈ ਜੇਲ੍ਹ 'ਚ ਬਿਜਨਸ ਸੈਂਟਰ ਜੇਲ੍ਹ ਉਸ ਨੰਬਰ ਤੋਂ ਮੈਨੂੰ ਕਾਲ ਕਰਦਾ ਉਹ ਉਹਨੇ ਮੈਨੂੰ ਪੁੱਛ ਕੇ ਕਰਵਾਈ ਸੀ ਮੈਂ ਵੀ ਤੁਸੀਂ ਮੇਰੇ ਐਡਵੋਕੇਟ ਹੈ ਮੈਂ ਤੁਹਾਡਾ ਨੰਬਰ ਦੇ ਰਿਹਾ ਇੱਥੇ ਮੈਂ ਕਰਵਾ ਲਿਆ ਕੋਈ ਗੱਲ ਨਹੀਂ ਹੁਣ ਤੁਹਾਡੇ ਕੋਲ ਜਦੋਂ ਐਨਆਈਏ ਟੀਮ ਆਈ ਤੁਸੀਂ ਦੱਸਿਆ ਕਿਤੇ ਕਰੀਬ ਰਹੀ ਹੈ ਤਾਂ ਉਹ ਤੁਹਾਡੇ ਘਰੋਂ ਕੀ ਕੁਛ ਲੈ ਗਈ
ਜਾਂ ਜਿਹੜਾ ਤੁਹਾਡਾ ਕੋਈ ਕੋਈ ਤੁਹਾਨੂੰ ਕੁਛ ਗਾਹਾਂ ਅਗਲੀ ਤਰੀਕ ਵਾਸਤੇ ਦੱਸ ਕੇ ਗਏ ਹੋਏ? ਨਹੀਂ, ਇਹ ਬੜੀ ਹੈਰਾਨਗੀ ਦੀ ਗੱਲ ਹੈ, 2 ਘੰਟੇ ਦੇ ਕਰੀਬ ਘਰ ਰਹੇ, ਉਹਨਾਂ ਨੇ ਮੈਨੂੰ ਕੁਛ ਨਹੀਂ ਦੱਸਿਆ। ਮੈਂ ਵਾਰ ਵਾਰ ਉਹਨੂੰ ਪੁੱਛਿਆ ਦੱਸੋ ਜੀ, ਕੁਛ ਨਹੀਂ ਬੋਲ ਰਹੇ ਸੀ, ਬਸ ਅਸੀਂ ਤੁਹਾਡਾ ਮੋਬਾਈਲ ਲੈ ਕੇ, ਮੋਬਾਈਲ ਦੀ ਜਿੱਦ ਕਰ ਰਹੇ ਸੀ, ਮੋਬਾਈਲ ਲੈ ਕੇ ਜਾਣਾ, ਅਸੀਂ ਸੀਲ ਕਰ ਰਹੇ ਹਾਂ ਜੀ। ਫਿਰ ਇੱਕ ਮੈਨੂੰ ਇੱਕ ਕੁਐਸਚਨ ਕੀਤਾ, ਤੁਹਾਡੇ ਮੋਬਾਈਲ 'ਤੇ ਸਿਗਨਲ ਐਪ ਚੱਲ ਰਹੀ ਹੈ? ਮੈਂ ਕਿਹਾ ਚੱਲ ਰਹੀ ਹੈ, ਪਰ ਮੈਂ ਤਾਂ ਕਦੇ ਇਹਨੂੰ ਯੂਜ਼ ਨਹੀਂ ਕੀਤਾ, ਤੁਸੀਂ ਦੇਖ ਲਓ ਤੁਹਾਡੇ ਕੋਲ ਮੋਬਾਈਲ ਹੈ, ਉਹਦਾ ਪਾਸਵਰਡ ਮੈਂ ਭੁੱਲ ਗਿਆ ਸੀ, ਤੁਸੀਂ ਸਾਰਾ ਕੱਢ ਹੀ ਲੈਣਾ, ਕੱਢ ਲਿਓ, ਮੈਂ ਤੁਹਾਨੂੰ ਪਤਾ ਲੱਗ ਜੂਗਾ। ਇਹਦੇ 'ਚ ਕੁਛ ਵੀ ਅਜਿਹਾ ਕੁਛ ਨਹੀਂ ਹੈਗਾ, ਮੈਂ ਕਿਸੇ ਨਾਲ ਕਦੇ ਕੋਈ ਕਾਲ ਨਹੀਂ ਕੀਤੀ ਇਸ ਸਿਗਨਲ ਐਪ ਤੋਂ, ਇਹਦਾ ਕੁਐਸਚਨ ਕੀਤਾ ਸੀ ਉਹਨਾਂ ਨੇ ਇਕੱਲਾ। ਹੁਣ ਅਗਲਾ ਤੁਹਾਡਾ ਵਕੀਲ ਸਾਹਿਬ ਅਗਲਾ ਸਟੈਪ ਕੀ ਹੋਊਗਾ, ਕਿਉਂਕਿ ਇਹ ਵੱਡੀ ਗੱਲ ਹੈਗੀ ਆ, ਪੂਰੇ ਪੰਜਾਬ ਦੇ ਵਿੱਚ ਚਰਚਾ ਦੇ ਵਿੱਚ ਆਏ ਹੋ ਤੁਸੀਂ, ਹੁਣ ਅਗਲਾ ਸਟੈਪ ਤੁਸੀਂ ਵਕੀਲ ਵੀ ਹੋ, ਕੀ ਲੈਣ ਜਾ ਰਹੇ ਹੋ ਜਾਂ ਲਿਆ? ਸਭ ਤੋਂ ਪਹਿਲਾਂ ਮੈਂ ਸੁਬਾਹ ਵੀ SSB ਸਾਹਿਬ ਨਾਲ ਗੱਲ ਕੀਤੀ ਸੀਗੀ, ਸਾਡੇ ਪ੍ਰਧਾਨ ਜੀ ਨੇ ਵੀ ਗੱਲ ਕੀਤੀ ਸੀ, ਫਿਰ ਅਸੀਂ ਬਾਰ ਮੈਂਬਰ ਅਤੇ ਪ੍ਰਧਾਨ ਜੀ ਅਸੀਂ ਮਿਲ ਕੇ ਵੀ ਆਏ ਹਾਂ। ਉਹ ਕਹਿੰਦੇ ਵੀ ਮੇਰੇ ਤਾਂ ਕੰਟਰੋਲ ਤੋਂ ਬਾਹਰ ਹੈ, ਮੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ, ਜੋ ਹੋਊਗਾ ਮੈਂ ਤੁਹਾਨੂੰ ਦੱਸੂੰਗਾ, ਉਹਨਾਂ ਨੇ ਤਾਂ ਇਹੀ ਕਿਹਾ ਸਾਨੂੰ। ਹੁਣ ਬਾਕੀ ਸਾਡੀ ਬਾਰ ਸਾਡੇ ਨਾਲ ਹੈ, ਬਾਰ ਦੇ ਮੈਂ ਬਾਰ ਨੂੰ ਜੋ ਪ੍ਰੋਬਲਮ ਸੀਗੀ ਬਾਰ ਨੂੰ ਦੱਸੀ, ਸਾਡੇ ਪ੍ਰਧਾਨ ਜੀ ਨੂੰ ਦੱਸੀ ਹੈ, ਅਤੇ ਇਹਨਾਂ ਧਿਆਨ 'ਚ ਲਿਆਉਂਦੀ ਹੈ, ਅੱਗੇ ਜੋ ਐਕਸ਼ਨ ਕਰਨਗੇ ਸਾਡੀ ਬਾਰ ਕਰੂਗੀ ਜੀ। ਇਹ ਸਨ ਐਡਵੋਕੇਟ ਗੁਰਪ੍ਰੀਤ ਸਿੰਘ, ਜਿਨ੍ਹਾਂ ਨੇ ਦੱਸਿਆ ਸਾਰੀ ਕਹਾਣੀ ਕਿ NI ਦੀ ਟੀਮ ਕਦੋਂ ਆਈ, ਕਿਵੇਂ ਆਈ ਅਤੇ ਕੀ ਕੁਛ ਲੈ ਕੇ ਗਈ ਹੈ। ਅਸੀਂ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਸ਼੍ਰੀ ਵਰਿੰਦਰ ਸ਼ਰਮਾ ਜੀ, ਜਿਨ੍ਹਾਂ ਨੇ ਅੱਜ ਮੀਟਿੰਗ ਕਰਕੇ ਇੱਕ ਵਕੀਲ ਦੇ ਘਰੇ ਆ, NI ਦੇ ਛਾਪੇ ਤੋਂ ਬਾਅਦ ਐਮਰਜੈਂਸੀ ਮੀਟਿੰਗ ਕੀਤੀ ਗਈ ਹੈ ਬਾਰ ਐਸੋਸੀਏਸ਼ਨ ਦੀ, ਜੋ ਕਿ ਮਾਲਵਾ ਦੀ ਸਭ ਤੋਂ ਵਕੀਲਾਂ ਦੀ ਵੱਡੀ ਜਥੇਬੰਦੀ ਮੰਨੀ ਜਾਂਦੀ ਹੈ। ਇਹਨਾਂ ਨੇ ਅੱਜ ਅੱਧੇ ਦਿਨ ਦਾ ਵਰਕ ਸਸਪੈਂਡ ਵੀ ਕੀਤਾ ਹੈਗਾ ਅਤੇ ਅਗਲੀ ਰਣਨੀਤੀ ਵੀ ਲਿਖੀ ਜਾ ਰਹੀ ਹੈ। ਗੱਲ ਕਰਦੇ ਹਾਂ ਵਰਿੰਦਰ ਸ਼ਰਮਾ ਜੀ ਨਾਲ। ਸ਼ਰਮਾ ਜੀ ਨਮਸਕਾਰ। ਪਹਿਲਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ, ਹਮੇਸ਼ਾ ਸਾਡੀ ਆਵਾਜ਼ ਨੂੰ ਤੁਸੀਂ ਉੱਚ ਅਫਸਰਾਂ ਤੱਕ, ਆਮ ਪਬਲਿਕ ਤੱਕ ਪਹੁੰਚਾਉਂਦੇ ਹੋ। ਅਸੀਂ ਪੂਰਾ ਵਕੀਲ ਭਾਈਚਾਰਾ ਇੱਕ ਹੈ। ਅੱਜ ਸੁਬਾਹ ਜਦੋਂ ਮੈਨੂੰ ਪਤਾ ਲੱਗਿਆ ਸਾਡੇ ਬਾਰ ਮੈਂਬਰ ਗੁਰਪ੍ਰੀਤ ਸਿੰਘ ਸਿੱਧੂ ਇਹਨਾਂ ਦੇ ਘਰ NI ਦੀ ਟੀਮ ਵੱਲੋਂ ਰੇਡ ਕੀਤੀ ਗਈ, ਤਾਂ ਸੁਬਾਹ 8:30 ਮੈਂ ਇਹਨਾਂ ਕੋਲ ਪਹੁੰਚਿਆ। ਜਦੋਂ ਪਤਾ ਲੱਗਿਆ ਸਾਰੀ ਘਟਨਾਕ੍ਰਮ ਜੋ ਗੁਰਪ੍ਰੀਤ ਜੀ ਨੇ ਤੁਹਾਨੂੰ ਦੱਸੀ ਹੈ, ਉਸ ਤੋਂ ਬਾਅਦ SSP ਸਾਹਿਬ ਬਠਿੰਡਾ ਨਾਲ ਗੱਲ ਕੀਤੀ, ਤਾਂ ਉਹਨਾਂ ਨੇ ਵੀ ਆਪਣੇ ਆਪ ਨੂੰ ਇਹ ਗੱਲ ਦੱਸੀ ਸਾਨੂੰ ਵੀ ਅਸੀਂ ਇਸ ਵਿੱਚ ਕੁਛ ਨਹੀਂ ਕਰ ਸਕਦੇ, ਇਹ ਸੈਂਟਰ ਦੀ ਇਨਵੈਸਟੀਗੇਸ਼ਨ ਏਜੰਸੀ ਹੈ, ਉਹ ਕਿਸੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ 'ਚ ਇਹ ਗੱਲ ਕਲੀਅਰ ਕਰਨ ਵਾਸਤੇ ਇੱਥੇ ਆਏ ਸੀ। ਪਰ ਮੈਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਹੋਣ ਦੇ ਨਾਤੇ NI ਟੀਮ ਦਾ ਜੋ ਕੰਡਕਟ ਹੈ ਉਹਨੂੰ ਕੰਡੈਮ ਕਰਦਾ, ਕਿਉਂਕਿ ਕਿਸੇ ਵੀ ਰੈਪੂਟੇਟਡ ਬੰਦੇ ਦੇ ਘਰ, ਐਡਵੋਕੇਟ ਦੇ ਘਰ ਜਾ ਕੇ ਇਹ ਰੇਡ ਕਰਨਾ ਬਿਨਾਂ ਕੋਈ ਪਰੂਫ ਤੋਂ, ਇਹ ਬੜੀ ਗਲਤ ਗੱਲ ਕੀਤੀ ਹੈ। ਸ਼ਰਮਾ ਜੀ, ਇਹ ਟੀਮ ਦੀ ਹੁਣ ਜਿਹੜੀ ਚੈਕਿੰਗ ਆਪਣਾ ਛਾਪੇਮਾਰੀ ਹੋ ਚੁੱਕੀ ਹੈ, ਸਾਰਾ ਕੁਛ ਹੋ ਚੁੱਕਿਆ, ਹੁਣ ਤੁਹਾਡਾ ਬਾਰ ਐਸੋਸੀਏਸ਼ਨ ਦਾ ਅਗਲਾ ਕੀ ਪ੍ਰੋਗਰਾਮ ਹੈ, ਤੁਸੀਂ ਫੈਸਲਾ ਲਿਆ? ਦੇਖੋ ਜੀ, ਜਦੋਂ ਵੀ ਸਾਡੀ ਬਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਡੀ ਚੁਣੀ ਹੋਈ ਐਗਜ਼ੈਕਟਿਵ ਪਹਿਲਾਂ ਆਪਣੇ ਲੈਵਲ 'ਤੇ ਸਾਰੀ ਗੱਲ ਕਰਦੀ ਹੈ। ਸਾਨੂੰ ਲੱਗਿਆ ਵੀ ਇਹ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੈ ਔਰ ਇਮੀਡੀਏਟਲੀ ਅਸੀਂ ਅੱਜ ਲੰਚ ਟਾਈਮ ਦੇ ਵਿੱਚ 1 ਵਜੇ ਜਨਰਲ ਹਾਊਸ ਦੀ ਮੀਟਿੰਗ ਕਾਲ ਕੀਤੀ। ਮੀਟਿੰਗ ਕਾਲ ਕਰਨ ਤੋਂ ਬਾਅਦ ਸਾਰੇ ਮੈਂਬਰਸ ਦੇ ਵਿਊ ਲਏ, ਸਾਰੇ ਮੈਂਬਰਸ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਅਤੇ ਰੋਸ ਵਜੋਂ ਔਰ NI ਟੀਮ ਦੇ ਐਕਸ਼ਨ ਨੂੰ ਕੰਡੈਮ ਕਰਨ ਦੇ ਲਈ ਕੰਪਲੀਟ ਜਿਹੜਾ ਹੈਗਾ ਕੋਰਟ ਵਰਕ ਬੰਦ ਕੀਤਾ ਗਿਆ ਔਰ ਜੋ ਵੀ ਇਹਦੇ ਲਈ ਸਾਨੂੰ ਕੋਈ ਐਕਸ਼ਨ ਲੈਣਾ ਪੈਂਦਾ, ਆਪਦੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਉਣਾ ਪੈਂਦਾ, ਅਸੀਂ ਗੁਰਪ੍ਰੀਤ ਸਿੰਘ ਸਿੱਧੂ ਦੇ ਨਾਲ ਖੜ੍ਹੇ ਹਾਂ। ਇਹ ਸਨ ਐਡਵੋਕੇਟ ਵਰਿੰਦਰ ਸ਼ਰਮਾ, ਪ੍ਰੈਜੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਇੱਕ ਵਕੀਲ ਸਾਥੀ ਦੀ ਜਿਹੜੇ ਉਹਨਾਂ ਦੇ NI ਦੀ ਟੀਮ ਨੇ ਛਾਪੇਮਾਰੀ ਕੀਤੀ ਹੈ, ਉਹਦੇ ਰੋਸ ਵਜੋਂ ਅੱਜ ਬਠਿੰਡਾ ਦੇ ਜਿਹੜੇ ਵਕੀਲਾਂ ਨੇ ਅੱਧੇ ਦਿਨ ਲਈ ਆਪਣਾ ਜਿਹੜਾ ਵਰਕ ਸਸਪੈਂਡ ਕਰਤਾ, ਕੰਮ ਆ ਜਿਹੜਾ ਮੁਅੱਤਲ ਕਰਤਾ, ਕੋਈ ਵੀ ਵਕੀਲ ਸਾਹਿਬ ਕਿਸੇ ਵੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ। ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਬਠਿੰਡਾ ਤੋਂ D5 ਚੈਨਲ ਲਈ ਸੁਖਜਿੰਦਰ ਮਾਨ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ 'ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।